ਲੈ ਨਹੀਂ ਸਿਆਲਾ ਜਾ ਪੰਗਾ ਹੁੰਦਾ ਲੈ ਬੁੱਲ ਵੀ ਪਾਟ ਕੇ ਮੇਰੇ ਤਾਂ ਨਹੀਂ ਪਾਲੀ ਹਾਂ ਬੇਬੇ ਮੈਨੂੰ ਫੈਵੀ ਕੁੱਕ ਜਾ ਦੇ ਨਹੀਂ ਜਿਹੜਾ ਉਹਦੇ ਦਿੱਤਾ ਸੀਗਾ ਬੇਬੇ ਫੈਵੀ ਕੁੱਕ ਮੈਂ ਤੁਹਾਨੂੰ ਕਿਹੜੇ ਵੇਲੇ ਦਿੱਤਾ ਨਾਲੇ ਨਹੀਂ ਜਿਹੜਾ ਉਹਦੇ ਫੜਾਇਆ ਤੀ ਟੂਪ ਜੀ ਨਾ ਬੁੱਲ ਜੇ ਆਰਾਮ ਆ ਗਏ ਤੇ ਹੁਣ ਫੇਰ ਪੱਕ ਗਏ ਪੜੀਏ ਅੱਛਾ ਲਿਪ ਗਲੋ ਹੁੰਦਾ ਬੇਬੇ ਨਾਲੇ ਫੈਵੀ ਕੁੱਕ ਨਹੀਂ ਹੁੰਦਾ ਤੇ ਹੁਣ ਤੂੰ ਮੈਨੂੰ ਮੱਤਾ ਦੇ ਮੈਂ ਵੀ ਕਿਹੜੀ ਚੀਜ਼ ਕੀ ਹੁੰਦੀ ਆ ਮੱਤਾ ਦੇ ਨਾਲੇ ਤਾਂ ਮੈਂ ਤੈਨੂੰ ਕਿਹੜੀਆਂ ਤੈਨੂੰ ਤਾਂ ਵੱਧ ਪਤਾ ਮੇਰੇ ਨਾਲ ਮੇਕਅਪ ਦਾ ਤੜੀ ਪਤਾ ਮੇਕਅਪ ਕਰਕੇ ਹੈਗਾਗਾ ਸ਼ੁਰੂ ਤੇ ਮੇਕਅਪ ਕਰਨ ਦਾ ਸ਼ੌਂਕ ਆ ਮੈਨੂੰ ਤਾਂ ਮੈਂ ਕਰਦੀ ਆ ਕਿਸੇ ਦੇ ਕੀ ਦਮਤੇ ਕਰਦੀ ਆ ਬੇਬੇ ਮੇਕਅਪ ਵੀ ਟਾਈਮ ਸਿਰ ਹੀ ਚੰਗਾ ਲੱਗਦਾ ਠੀਕ ਹੈ ਬਿਨਾ ਲੋੜ ਤੋਂ ਤਾਂ ਵੀ ਨਹੀਂ ਚੰਗਾ ਲੱਗਦਾ ਆ ਕੋਈ ਨਹੀਂ ਇਹ ਤਾਂ ਨਾ ਲੋਕਾਂ ਦੀ ਹੁੰਦੀ ਆ ਵੀ ਹਾਂ ਫਲਾਨੀ ਨੇ ਮੇਕਅਪ ਕਰ ਲਿਆ ਟਿੰਕੀ ਨੇ ਮੇਕਅਪ ਕਰ ਲਿਆ ਨਹੀਂ ਅਗਲੀ ਆਪਦੇ ਦਮਤੇ ਕਰਦੀ ਆ ਕਿਹੜਾ ਕਿਸੇ ਤੋਂ ਪੈਸੇ ਲੈ ਕੇ ਸਮਾਨ ਲਿਆਉਂਦੀ ਆ ਅਗਲੀ ਮੇਕਅਪ ਦਾ ਬੇਬੇ ਪੈਸੇ ਲੱਗਣ ਦੀ ਗੱਲ ਨਹੀਂ ਜੱਗ ਸੌਂਦੀ ਗੱਲ ਕਰੇ ਹੁਣ ਤੇਰੀ ਉਮਰ ਹੈ ਮੇਕਅਪ ਕਰਨ ਦੀ ਲੈ ਉਮਰ ਨੂੰ ਤਾਂ ਮੈਂ ਬਾਹਲੀ ਬੁੜੀ ਹੋ ਗਈ ਹਨਾ ਤੇਰੇ ਨਾਲ ਵੀ ਮਟਿਆਰ ਲੱਗਦੀ ਆ ਮੈਂ ਤਾਂ ਜਦੋਂ ਧੀ ਪੁੱਤ ਵਿਆਹੇ ਜਾਂਦੇ ਨਾ ਫਿਰ ਬੰਦਾ ਬੁੜਾ ਹੀ ਹੋ ਜਾਂਦਾ ਇਹ ਤਾਂ ਨਾ ਆਪਦੀ ਸੋਚ ਤੇ ਹੁੰਦਾਗਾ ਕੁਛ ਨਹੀਂ ਹੁੰਦਾ ਮੈਨੂੰ ਤਾਂ ਤੇਰੇ ਕਦੇ ਬਾਪੂ ਨੇ ਨਹੀਂ ਕੁਛ ਕਿਹਾ ਸੀ ਤੈਨੂੰ ਬੋਲਣ ਦੀ ਕੋਈ ਲੋੜ ਨਹੀਂ ਹੈਗੀ ਫਿਰ ਹੁਣ ਤਾਂ ਬਾਪੂ ਹੀ ਨਹੀਂ ਰਿਹਾ ਹੁਣ ਤੂੰ ਮੇਕਅਪ ਕਰਕੇ ਦਿਖਾਉਣੀ ਕਿਹਨੂੰ ਆ ਬੁਰਾ ਲੱਗਦਾ ਆਹੋ ਨਹੀਂ ਮੇਰੀ ਗੱਲ ਸੁਣ ਨਹੀਂ ਰਿਹਾ 14 ਬੇਰੀ ਨਾਲ ਹੁਣ ਮੈਂ ਉਹਦੇ ਨਾਲ ਮਰ ਜਾ ਮੈਨੂੰ ਐ ਤਾਂ ਦੱਸ ਨਹੀਂ ਨਾਲ ਮਰਨਾ ਬੰਦੇ ਦਾ ਕਮ ਸੇ ਕਮ ਅਫਸੋਸ ਤਾਂ ਕਰ ਲੈ ਚੱਲ ਅਫਸੋਸ ਜਦੋਂ ਮਰ ਗਿਆ ਸੀ ਉਹਦੇ ਰੋਲੀ ਸੀ ਹੁਣ ਅਫਸੋਸ ਕਰਨ ਨੂੰ ਕੀ ਹੈਗਾ कुटक मैं दवाई लिया ਵੀ ਗੋਦੀ ਜਾਊਗੀ ਜੇ ਤੂੰ ਨਹੀਂ ਕਰਨਾ ਨਾ ਕਰ ਮੇਕਅਪ ਮੈਨੂੰ ਤਾਂ ਕਰ ਲੈਣ ਦੇ ਲੈ ਮਰਨਾ ਕਹਿੰਦਾ ਸੁਰਖੀ ਪੱਕੀ ਆ ਕੱਚੀ ਆ ਉਹੀ ਲੈ ਲੈ 120 ਰੁਪਏ ਨਾਲ ਜਾਨੀਆ ਦਵਾਈ ਲੈਣ ਨਾਲੇ ਉਹ ਤਾਂ ਪਤਾ ਕਰਕੇ ਆਉਣੀ ਆ ਵੀ ਮਰਨਾ ਤੂੰ ਕਹਿੰਦਾ ਸੀ ਗੁੜੀ ਗੁੜੀ ਜੀ ਲਾ ਲਾ ਸੁਣੀ ਲੱਗੂ ਨਾ ਮੈਂ ਬੋਲੀ ਜਾਂਦੀ ਇਹਨੂੰ ਆਇਆ ਵੀ ਮੇਰੇ ਨਾਲ ਸੋਹਣੀ ਬਣ ਜਾਂਦੀ ਆ ਇਹ ਨੀ ਧਰਤੇ ਕੁੱਟਕ ਚਾ ਕਰਕੇ ਨਾ ਹਲਕਾ ਹਲਕਾ ਇਹ ਕੱਪ ਜਾ ਮੁੰਡਾ ਹਲੇ ਪੈਂਚਰ ਲੈ ਹੁਣ ਵਾਲੀ ਪਈ ਆ ਸਾਰਾ ਸਮਾਨ ਮੇਕਅਪ ਦਾ ਵੀ ਜਾਉਣ ਵਾਲਾ ਪਿਆ ਦੇਖ ਕੀ ਜਦ ਪਰਚੀ ਬਣਾ ਰਹੀ ਕੀ ਕੀ ਦੇਣਾ ਹੁਣ ਵਾ ਕੇ ਤੋਂ ਪਰਚੀ ਲੈ ਜਾਣੀ ਨਾਲ ਮੇਕਅਪ ਦਾ ਲੈ ਜਾ ਮਾਮਾ ਮੈਂ ਤਾਂ ਆ ਕੀ ਬਾਤ ਕਰ ਰਹੀ ਹਾਂ ਲੈ ਆ ਸੈਂਟ ਜਾ ਵੀ ਲਾ ਲੈ ਇੱਕ ਤਾਂ ਮੱਚਣਾ ਸਿਆਲਾਂ ਚ ਕਿਹੜਾ ਨਹਾਤਾ ਜਾਂਦਾ ਦੋ ਦਿਨ ਹੋ ਗਏ ਨਹਾਤੀ ਨਹੀਂ ਮੁਸਕ ਮਾਰੀ ਜਾਂਦੀ ਹੈ ਤੇ ਸੈਂਟ ਲਾ ਲੈ ਲੈ ਜਾ ਮਾਮਾ ਆ ਐਣ ਕਾਈਆਂ ਇਹ ਵੀ ਖਰਾਬ ਹੋਈਆਂ ਪਈਆਂ ਨੇ ਹੋਰ ਲੈ ਕੇ ਆਉਂਗੀ ਕਿਹੜਾ ਨਿਮਿਆਣਾ ਦੇ ਜਾਣਾ छोटी मासी कर दी है मासी नूं फोन ला के कह दे वी भाई आके नूं समझा के जा माड़ा मोटा चलो मैं कर दूं फोन बाकी आपे हट दू जे किसे ने टोकती ना दो तीन जणा ने ਹਾਂ
समोसा खा लिया बेबे तेन खंग च समोसे खाई जानी भी तले हुए नी जी नाल जहान मन पौंदा करे कुछ नहीं हुंदा तां ही मरिया तेरे दिले पकाई भी खान पीन ना पड़ा कौन बीमार हुंदा हुंदा चंगा तू कड़ मननी नाले किसे दी बेबे सैंडल ले दे मैनू और तैनू ना किते हां मैं तां दुकान च बैठ के उथे मैं कह चल सूट ही ले जानी आ फिर हां सैंडल नी तेरी मासी के ब्याह ही आंदा गा जेड़ी साडी सहेली हुंदी सी ओदा ब्याह गा उम्र छोटी सी साड़ी कर दी सी कहनी उना गा फोन आ गया मैनू फिर मैं बाजार जाती सूट लै लैनी हाँ तोड़ देगी पैर तो तेरा इटा गा इतने धर दे ਤੇ ਮੈਂ ਕਹਿੰਦਾ ਸੂਟ ਲੈ ਜਾਨੀ ਆ ਉਹ ਮੈਨੂੰ ਰਾਹ ਚ ਫੋਨ ਆ ਗਿਆ ਮੈਂ ਕਿਹੜਾ ਵਰਤੋਂ ਆਇਆ ਜਾਉ ਆ ਤੈਨੂੰ ਲੈ ਕੇ ਕੁਰਸੀ ਜੀ ਮੈਂ ਬਣੀ ਬੜਾਈ ਮੈਂ ਕਿਹਾ ਚੱਲ ਉਹਨੂੰ ਬਣੀ ਬੜਾਈ ਕੋਰ ਲੱਗੀ ਆ ਆ ਦੇਖ ਆ ਸੂਟ ਲੈਣੀ ਮੈਂ ਆਪਦੇ ਵਾਸਤੇ ਆਪਦੇ ਵਾਸਤੇ ਲੈ ਹੋਰ ਚੁੰਨੀ ਤੇ ਦੇਖ ਕੋਰ ਲੱਗੀ ਹੋਈ ਮੈਂ ਤਾਂ ਬਾਲਾ ਸੋਹਣਾ ਲੱਗਾ ਮੈਂ ਤਾਂ ਚੁੰਨੀ ਵਾਲੀ ਸੋਹਣੀ ਲੱਗੀ ਇਹਦੀ ਫਿਰ ਦੇਖੀ ਮੈਨੂੰ ਇਹੋ ਜਿਹਾ ਰੰਗ ਤੇ ਆਪ ਬੇਬੇ ਨਾਲ ਰੰਗ ਨਹੀਂ ਮੈਂ ਕਿਹਾ ਕੁੜਤੀ ਪਾ ਲਿਆ ਕਰੀ ਤੂੰ ਲੈ ਫਿਰ ਹੁਣ ਮੇਰੇ ਕਿਸ ਤਰੀਕੇ ਕਰੇਂਗੀ ਤੂੰ ਸਰੀਕੇ ਕਰੇਂਗੀ ਫਿਰ ਮੈਨੂੰ ਵੀ ਤਾਂ ਹੋਵੇਦੀ ਆਪਦੇ ਨਾਲ ਦੀ ਚੀਜ਼ ਲਿਆਦਿਆ ਕਰਨਾ ਹੋਰ ਆਪਦੇ ਨਾਲ ਦੀ ਲਿਆਦਿਆ ਕਰੋ ਮੁੰਡੇ ਨਾਲ ਜਾ ਕੇ ਲੈ ਆ ਆਪਦੀ ਪਸੰਦ ਦਾ ਮੈਨੂੰ ਕੌਣ ਦੇ ਬਾਬੇ ਮੈਂ ਤਾਂ ਆਪਦੀ ਪਸੰਦ ਦੇ ਆਪ ਲਿਆਉਣੀ ਆ ਬੇਬੇ ਤੈਨੂੰ ਪਤਾ ਨਾ ਉਹਦੇ ਕੋਲ ਟਾਈਮ ਨਹੀਂ ਹੁੰਦਾ ਸਵੇਰ ਵਗ ਜਾਂਦੇ ਸ਼ਾਮ ਨੂੰ ਲੇਟ ਆਉਂਦੇ ਨੇ ਹੋਰ ਆਉਂਦੇ ਨੇ ਲੇਟ ਆ ਸੂਟ ਹੁਣ ਤੂੰ ਇਹ ਤਾਂ ਨੀਤ ਨਾ ਪਾ ਲਈ ਪੜੀਏ ਮੈਂ ਤੈਨੂੰ ਪਹਿਲਾਂ ਦੱਸਦੀ ਗੱਲ ਫਿਰ ਜੋ ਸੈਂਟਰ ਤਾਂ ਮੇਰੇ ਵਾਸਤੇ ਹੋਣਗੇ ਸੈਂਟਰ ਤੈਨੂੰ ਕਿੱਥੇ ਮੈਂ ਵਿਆਹ ਜਾਣਾ ਆਪਦੇ ਵਾਸਤੇ ਲਈਆਂ ਪੜੀਏ ਫਿਰ ਮੈਨੂੰ ਵੀ ਕੁਝ ਲਿਆ ਦਿੰਦੀ ਨੇ ਮੇਰੇ ਕੋਲ ਦੇਖ ਲੈ ਤੈਂ ਜਾਣਾ ਨਹੀਂ ਜਾਣਾ ਕਿਤੇ ਉਹ ਮਾਰੀਆਂ ਨਹੀਂ ਰਹਿਣੀ ਆਪਦੀਆਂ ਫਿਰ ਜਿਵੇਂ ਅੱਛਾ ਮੈਂ ਫਿਰ ਜਾਣਾ ਹੀ ਨਹੀਂ ਕਿਤੇ ਮੈਨੂੰ ਕੁਝ ਲਿਆ ਕੇ ਨਹੀਂ ਤੂੰ ਸਾਰੀ ਗੱਲ ਛੱਡ ਮੈਨੂੰ ਘੁੱਟ ਕੇ ਚਾਹ ਦੇ ਮੈਨੂੰ ਪਹਿਲਾਂ ਵੀ ਨਹੀਂ ਦਿੱਤੀ ਤਾਂ ਤੇ ਚਾਹ ਬਣਾ ਕੇ ਦੇ ਆ ਵੀ ਨਾ ਤੂੰ ਹੀ ਰੱਖ ਲੈ ਤੂੰ ਹੀ ਪਾਣੀ ਤੇਰਾ ਕੋਰ ਵਾਲਾ ਵੀ ਕਿਵੇਂ ਬੋਲਦੀ ਆ ਨਾਲੇ ਮੈਂ ਹੁਣ ਚੀਜ਼ ਲਿਆ ਦੀ ਚੱਲ ਲਿਆ ਕੇ ਨਹੀਂ ਦਿੰਦੀ ਫਿਰ ਕਹਿੰਦੀ ਆ ਮੈਨੂੰ ਚੀਜ਼ ਨਹੀਂ ਲਿਆ ਕੇ ਦਿੰਦੀ ਹੈਗੀ ਹੁਣ ਲਿਆ ਕੇ ਵੀ ਦਿੰਦੀ ਕੁਛ ਹੋਰ ਕੀ ਹੈ ਭਈਏ ਦੱਸ ਮੈਂ ਉਹਨਾਂ ਦੇ ਆਉਂਗੀ ਨਾਲੇ ਪਾਰਲਰ ਵਾਲੀ ਕੋਲ ਜਾ ਆਉਂਗੀ ਅੱਜ ਉਹਦੇ ਕੋਲ ਵੀ ਮੈਂ ਜਾ ਕੇ ਆਉਣੀ ਹੈ ਮੈਂ ਸੂਟ ਜਿਹਾ ਸਾਂਭਾ ਵੇਚਾ ਕਿਹੜਾ ਦਾ ਦੇ ਮਾਂ ਹਰੇ ਜਿਹਾ ਦਾ ਦੇ ਦਿੰਦੀ ਹਾਂ ਹਨਾ ਹਰੇ ਜਿਹੇ ਸੂਟ ਦਾ ਵੇਚਾ ਵਧੀਆ ਗਾ ਨਾਲੇ ਫੀਟ ਵਧੀਆ ਸੀ ਆਪਾਂ ਦੇ ਕਰ ਮੈਂ ਤਾਂ ਕਿਤੇ ਚੀਜ਼ ਨਹੀਂ ਲਿਆ ਕੇ ਦਿੰਦੀ ਹੈ ਨਾ ਪਾਲੀ ਮੈਂ ਕਹਿੰਦੀ ਸੀ ਤੈਨੂੰ ਮੈਂ ਨਾਲ ਤਾਂ ਸੂਟ ਫੜਾਇਆ ਵਾ ਅੱਛਾ ਤੇ ਪਰਸੋਂ ਨੂੰ ਫਿਰ ਸਿਉਂ ਦੇਣਗੇ ਤੇ ਨਾਲੇ ਮੈਂ ਜਾ ਕੇ ਆਉਣਾ ਪਾਰਲਰ ਵਾਲੀ ਦੇ ਮਾੜਾ ਜਿਹਾ ਨਾ ਮੈਨੂੰ ਟਾਈਮ ਲੱਗ ਜੂਗਾ ਪਾਰਲਰ ਵਾਲੀ ਦੇ ਤੂੰ ਕੀ ਕਰਨ ਜਾਣਾ ਬੇਬੇ ਹੁਣ ਘਰੇ ਮੇਕਅਪ ਕਰਦੀ ਸੀ ਉਹ ਘੱਟ ਹੈ ਤੈ ਲੈਣਾ ਕੀ ਹੈ ਜਦੋਂ ਤੈਨੂੰ ਇਹ ਕੰਮ ਬਾਰੇ ਨਹੀਂ ਪਤਾ ਹੈਗਾ ਪੜੀਏ ਚੱਲ ਠੀਕ ਹੈ ਮੈਨੂੰ ਤਾਂ ਕੁਛ ਨਹੀਂ ਪਤਾ ਜਿਵੇਂ ਤੇਰੀ ਮਰਜ਼ੀ ਨਾ ਉਵੇਂ ਕਰਦੀ ਫਿਰ ਹਾਂ ਮਰਜ਼ੀਆਂ ਫਿਰ ਅੱਜ ਤੱਕ ਮੈਂ ਤੇਰੀ ਮਰਜ਼ੀ ਚੱਲਣ ਵੀ ਨਹੀਂ ਦਿੱਤੀ ਅੱਜ ਤੱਕ ਚੱਲੂਗੀ ਵੀ ਮੇਰੀ ਮਰਜ਼ੀ ਘਰੇ ਚੱਲ ਹਾਂ ਵਾਲਾਂ ਨਾਲੇ ਬੋਲਣ ਦੀ ਕੋਈ ਲੋੜ ਨਹੀਂ ਹੈਗੀ ਮੇਰੀ ਗੱਲ 'ਚ ਮੈਂ ਤੈਨੂੰ ਕੀ ਬੋਲਣੀ ਆ ਫਿਰ ਜਦੋਂ ਮੈਂ ਤੈਨੂੰ ਕਹੇ ਤਾਂ ਵੀ ਭਾਈ ਮੈਂ ਉਹ ਉੱਧਰ ਜਾਣਾ ਗਾ ਠੀਕ ਆ ਫਿਰ ਤੂੰ ਹੋਰ ਹੀ ਲੱਗ ਜਾਨੀ ਆਪਦੀ ਚੱਲ ਚੰਗਾ ਬੇਬੇ ਮੇਰੀ ਮਾਂ ਜਾਏ ਆਓ ਸਹੇਲੀਆਂ
मेरा मुंह चिट्टा चिट्टा दिखे चंगा ले दी बाजे कुर्सी ले जा ले जा सोहनी जी बना दी चंगा मैं मेरे मूह तो नू कम सी मैं फिर की हों पर मेकअप तो करनी की मरना गा दुनिया से है तो एक दिन मरना तो है ही है देख तेन दसा तो है मेरे तो कड़ा आया गया पड़ के मुड़के मेरे को आई नहीं लै भी ला दिखा जिन्हें भी कर देखा खर्चे जो हो पे ने नहीं मैं तेन ऐ कहनी मैं ये जी बना दे कि उत्थे मई चमकता करनी सूट छड बखियां तो तंग पौना नी मुंडिया च बैर पैणगे बहुत सोहना सोना चंगा सोहना सोहना सी बस मई झांका उत्थे फिर सूट जेड़ा मेचा लेना मेनू अज ना मेचा लेके फड़ा दे मैं कल नू जाना भोग ते फिर मेरे को सूट नहीं है ना ते ही सोहना लगूगा ते दे मेचा ले ला ते आ सूट दी आए गल बना दी बस दूरों मेरी चमके बाकी तेनू पता मेकअप मैं वादू कर दी सोहनी लगती हूं बस मैं सूट दे चप कढ़ दूं तू आया कर कोर ला दे पैसे लगन गी आहो ते मूरी भी नैरो कर दी है ना उची जी वधिया सोहनी जी बना दी बस टॉप दा सूट पा दी हीर भी मैं एडी पाऊंगी हुण सूट नाल कोई गल नहीं चौंती वाला पा ला चौंती वाला पा दे चंगा चंगा ते आ मैं आंदी हुई सूट फाड़ के जानी कल नू भोग ते पाउणा फिर मैं हां ते आ लिफाफा भी इत्थे रख मैं माड़ा जाके आउणा सी किसे कोले चंगा ते आंदी हुई फाड़ के ले जूं मेचा लेके रखी कल नू मैं भोग ते पाकल जाणा मैं तैनू कहदा भी घट नू आ जी तू इने जाया आहो आहो चंगा पर आ जी मैं घट नू जाणा है वे कोई ना लै भी इत्थे वड्डी चार रही ओ सूट छड बखियां तो तंग पाउणा ਮੁੰਡਿਆਂ ਚ ਬੈਰ ਪੈਣਗੇ ਉਹ ਸੂਟ ਸੱਡ ਬੱਕੀਆਂ ਗੁੜੀ ਗੁੜੀ ਲਾਣਾ ਸੁਰਖੀ ਵੀ ਲਾ ਲਈ ਤੇ ਸਾਰੇ ਭੋਗ ਤੇ ਹੁਣ ਮੈਂ ਚਮਕੂੰਗੀ ਮਾਤਾ ਕਿੱਧਰ ਚੱਲੀ ਹੈ ਜੇ ਮੈਂ ਸਾਨੂੰ ਦੱਸਿਆ ਤਾਂ ਹੈਗਾ ਕਿ ਮੈਂ ਤਾਂ ਭੋਗ ਤੇ ਜਾ ਕੇ ਆਉਣੀ ਆ ਤੇਰੀ ਮਾਸੀ ਗਾਹ ਮੈਨੂੰ ਟੱਕਰ ਜੂਗੀ ਨਾ ਭੋਗ ਤੇ ਆ ਜਾਂਦੇ ਹੁੰਦੇ ਨਾ ਮੇਰੀ ਗੱਲ ਸੁਣ ਵੇ ਹੁਣ ਤੂੰ ਦੱਸੇਗਾ ਮੈਨੂੰ ਵੀ ਕੀ ਪਾ ਕੇ ਜਾਵਾਂ ਤੇ ਕੀ ਪਹਿਣ ਕੇ ਜਾਵਾਂ ਹੈ ਮੇਰੀ ਗੱਲ ਸੁਣ ਬੇਬੇ ਜੇ ਨਹੀਂ ਦੱਸਣਗੇ ਤਾਂ ਹੋਰ ਕੌਣ ਦੱਸਣਗੇ ਪਿੰਡ 'ਚ ਦੱਸੀ ਉਹ ਰਹਿਣਾ ਨਾ ਨਹੀਂ ਪਿੰਡ 'ਚ ਤੁਸੀਂ ਰਹਿਣਾ ਮੈਂ ਤੁਹਾਨੂੰ ਕਦੋਂ ਕਹਿੰਦੀ ਆ ਜੇ ਇੰਨੇ ਔਖੇ ਨਾ ਅੱਡ ਹੋ ਜਾਓ ਪਰ ਮੈਨੂੰ ਕਦੇ ਮੇਕਅਪ ਬਾਰੇ ਨਾ ਬੋਲਿਓ ਕੁਛ ਬੇਬੇ ਉਹ ਬੇਬੇ ਸਿਆਣੀ ਬੈਣੀ ਆ ਤੈਨੂੰ ਲੋਕ ਕੀ ਆਖਣਗੇ ਬੇ ਲੋਕਾਂ ਦਾ ਕੰਮ ਹੁੰਦਾ ਭੌਂਕਣਾ ਭੌਂਕ ਜਾਂਦਾ ਮੈਂ ਤਾਂ ਕਿਸੇ ਨੂੰ ਗੋਲ ਦੀ ਜਦੋਂ ਮੈਂ ਪਹਿਲਾਂ ਨਹੀਂ ਗੋਲਿਆ ਕਿਸੇ ਨੂੰ ਇੰਨੀ ਟੈਨਸ਼ਨ ਨਾ ਲਿਆ ਕਰੋ ਕਿਸੇ ਦੀ ਬੇਬੇ ਲੋਕ ਤਾਂ ਖਾਂਦਿਆਂ ਨੂੰ ਖਾਣ ਨਹੀਂ ਦਿੰਦੇ ਹੁੰਦੇ ਬੇਬੇ ਪਹਿਲਾਂ ਤੇਰੀ ਉਮਰ ਸੀ ਹੁਣ ਤੇਰੀ ਉਮਰ ਨਹੀਂ ਹੈਗੀ ਆ ਕਲ ਫਲਵਾ ਕੇ ਤੂੰ ਤੀਏ ਦਿਨ ਵਾਲ ਕਾਲੇ ਕਰ ਲੈਣੀ ਫਿਰ ਤੇਰਾ ਪਤਾ ਨਹੀਂ ਲੱਗਦਾ ਕਿਸੇ ਨੂੰ ਨਹੀਂ ਕੋਈ ਨਾ
ਲੋਕਾਂ ਨੂੰ ਬੋਲਣ ਦਾ ਬੋਲੀ ਜਾਣ ਦੋ ਮੇਰੀ ਗੱਲ ਸੁਣੋ ਮੈਂ ਜਾਣਾ ਭੋਗਤੇ ਭੋਗਤੇ ਹੋਈ ਜਾਂਦੇ ਲੇਟ ਸਾਰਿਆਂ ਨਾਲੋਂ ਵੱਧ ਮੈਂ ਚਮਕਣਾ ਉੱਥੇ ਪਹਿਲਾਂ ਤਾਂ ਮੈਨੂੰ ਹੀ ਕਰਨੀ ਚਾਹੀਦਾ ਬਾਲਾ ਨਾ ਬੋਲੋ ਕੰਮ ਕਰ ਲਓ ਆਪਦਾ ਧਿਆਨ ਨਾਲ ਹਾਂ ਬੋਲਦੇ ਆ ਮਾਸੀ ਕਿਤੇ ਨੇ ਮੈਨੂੰ ਤਾਂ ਜੀ ਨੀਂਦ ਹੀ ਸਮਝ ਨਹੀਂ ਆਉਂਦੀ ਇਹ ਕੁੜੀ ਚਾਹੁੰਦੀ ਕੀ ਆ ਕੀ ਕਹਿ ਸਕਦੇ ਆ ਇਹ ਤਾਂ ਕੁਛ ਨਹੀਂ ਹੋ ਸਕਦਾ ਇਹ ਤਾਂ ਮੇਲੇ ਦਾ ਪਿੰਡ ਚ ਇੱਕ ਦਿਨ ਮੇਕਅਪ ਵਾਲੀ ਸਾਸੀ ਵੱਜਣ ਲੱਗ ਜੂ ਜੇ ਆਪਾਂ ਨਾ ਹੁੰਦੇ ਤਾਂ ਇਹ ਨਹੀਂ ਪਤਾ ਦੂਜਾ ਬਾਪੂ ਕਿਹੜਾ ਕਰ ਦੂੰਗੇ ਸਹੀ ਗੱਲ ਹੈ ਇਹ ਤਾਂ ਕੁਛ ਨਹੀਂ ਹੋ ਸਕਦਾ ਇਹ ਤਾਂ ਉਹ ਗੱਲ ਹੋ ਗਈ ਜਿਹਦੀ ਲੈ ਗਈ ਲੋਈ ਕੀ ਕਰੂਗਾ ਕੋਈ ਸਹੀ ਗੱਲ ਹੈ ਜੀ ਇਹਦੀ ਲੋਈ ਛੱਡੋ ਇਹ ਤਾਂ ਸਾਲ ਸੂਲ ਚੁੰਨੀਆਂ ਚੰਨੀਆਂ ਮੇਲੇ ਦਾ ਸਾਰਾ ਕੁਛ ਹੀ ਲੈ ਗਿਆ ਇਹ ਬੁੜੀ ਨੂੰ ਜੇ ਮਾੜਾ ਮੋਟਾ ਆਪਾਂ ਨਾ ਟੋਕੀਏ ਨਾ ਇਹਦਾ ਜੀਨ ਟੋਪ ਪਾ ਕੇ ਸ਼ਹਿਰ 'ਚ ਜਾ ਕਰੇ ਮੇਰੀ ਗੱਲ ਸੁਣੋ ਜੀ ਕੋਈ ਫਾਇਦਾ ਨਹੀਂ ਹੁਣ ਕੁਛ ਕਹਿਣ ਦਾ ਆਪ ਹੀ ਚੁੱਪ ਵੱਟ ਲਓ ਨਹੀਂ ਆਂਢ ਗੁਆਂਢ ਕਹਿਣਗੇ ਬੁੜੀ ਨਾਲ ਨਿੱਤ ਲੜਦੇ ਨੇ ਛੱਡੋ ਪਰੇ ਚਲੋ ਤੁਸੀਂ ਕੰਮ 'ਤੇ ਜਾਓ ਇਹ ਨਹੀਂ ਸੁਣਦੀ ਮੈਂ ਵੀ ਕਰਦੇ ਕੰਮ ਕਰਾਂ ਲੰਘਦਿਆਂ ਨੂੰ ਵੀ ਸ਼ਰਮ ਆਉਂਦੀ ਉਸ ਦੇ ਲੰਘਦਿਆਂ ਹਾਂਜੀ ਸਤਿ ਸ਼੍ਰੀ ਅਕਾਲ ਦੋਸਤੋ ਹੁਣੇ ਹੁਣੇ ਤੁਸੀਂ ਸਾਡੀ ਵੀਡੀਓ ਦੇਖੀ ਆ ਵੀਡੀਓ ਕਿੱਦਾਂ ਲੱਗੀ ਲਾਈਕ ਕਮੈਂਟ ਸ਼ੇਅਰ ਕਰਕੇ ਜ਼ਰੂਰ ਦੱਸਣਾ ਹਾਂਜੀ ਬਾਕੀ ਵੀਡੀਓ ਕਮੈਂਟਾਂ ਦੇ ਵਿੱਚ ਇਹ ਵੀ ਜ਼ਰੂਰ ਦੱਸਿਓ ਵੀ ਕਿਹਨਾਂ ਦੇ ਘਰੇ ਆਈਆਂ ਇਹ ਸੱਸਾਂ ਨੇ ਜੋ ਮਾਡਰਨ ਸੱਸਾਂ ਨੇ ਜੋ ਆਪਣੀਆਂ ਨੂੰਹਾਂ ਤੋਂ ਵੀ ਵੱਧ ਕੇ ਮੇਕਅਪ ਕਰਦੀਆਂ ਹਾਂ ਤੇ ਮੈਨੂੰ ਮਾੜਾ ਜਿਹਾ ਕਮੈਂਟਾਂ 'ਚ ਆਏ ਦੱਸ ਦਿਓ ਵੀ ਮੇਕਅਪ ਸੋਹਣਾ ਕੀਤਾ ਹਾਂ ਧੰਨਵਾਦ ਜ਼ਰੂਰ ਕਰ ਦੋ।